ਧੰਨ ਵਾਹਿਗੁਰੂ ਜੀਓ। ਕਬੀਰ ਗਾਗਰ ਜਲ ਭਰੀ ਆਜ ਕਾਲ ਜਹਿ ਫੂਟ ਗੁਰ ਜੋ ਨਾ ਚੇਤੈ ਆਪਣੋ ਅਧ ਮਾਜ ਲੀਜਹਿ ਗੇ ਲੂਟ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਨੇ ਬਖਸ਼ਿਸ਼ ਕੀਤੀ ਹੈ ਆਪਾਂ ਸਾਰਿਆਂ ਨੂੰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਸੰਗਤ ਸੋਭਤ ਪ੍ਰਾਪਤ ਹੋਈ ਹੈ। ਬੜੇ ਅਦਬ ਨਾਲ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸਰਵਣ ਕੀਤੇ ਨੇ। ਭਗਤ ਕਬੀਰ ਜੀ ਮਹਾਰਾਜ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਵਾਹਿਗੁਰੂ ਦੀ ਬਖਸ਼ੀ ਹੋਈ ਮਤਬੁੱਧ ਸਮਰੱਥਾ ਮੁਤਾਬਕ ਆਪਾਂ ਸਮਝਣ ਦਾ ਇਹ ਯਤਨ ਕਰ ਰਹੇ ਹਾਂ। ਸੋ ਆਪ ਜੀ ਨੇ 73 ਅਤੇ 74 ਨੰਬਰ ਦੋ ਸਲੋਕਾਂ ਦਾ ਪਾਠ ਸਰਵਣ ਕੀਤਾ ਹੈ। ਮਨੁੱਖ ਦੇ ਇਸ ਸਰੀਰ ਨੂੰ ਮਹਾਰਾਜ ਦੀ ਬਾਣੀ ਨੇ ਮਿੱਟੀ ਦੇ ਕੱਚੇ ਭਾਂਡੇ ਨਾਲ ਘੜੇ ਨਾਲ ਤੁਲਨਾ ਦਿੱਤੀ ਹੈ। ਪਾਣੀ ਦਾ ਘੜਾ ਭਰਿਆ ਹੈ, ਤੁਸੀਂ ਉਸ ਦਾ ਚੱਪਣ ਚੁੱਕ ਕੇ ਉਹਦੇ ਵਿੱਚੋਂ ਪਾਣੀ ਨਾ ਵੀ ਕੱਢੋ ਤਾਂ ਵੀ ਇੱਕ ਇੱਕ ਬੂੰਦ ਕਰਕੇ ਉਹਦੇ 'ਚੋਂ ਪਾਣੀ ਸਿਮ ਸਿਮ ਕੇ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਮਾੜੀ ਜੀ ਬਾਹਰੋਂ ਸੱਟ ਵੱਜ ਜਾਏ, ਮਿੱਟੀ ਦਾ ਭਾਂਡਾ ਕੋਈ ਬਹੁਤਾ ਮਜ਼ਬੂਤ ਨਹੀਂ ਹੁੰਦਾ, ਉਸੇ ਵੇਲੇ ਹੀ ਠੀਕਰੀਆਂ ਹੋ ਜਾਂਦਾ, ਟੁੱਟ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਇੱਕ ਇੱਕ ਸਾਹ ਸਾਡੇ ਇਸ ਸਰੀਰ ਦੇ ਭਾਂਡੇ 'ਚੋਂ ਪਾਣੀ ਦੀ ਬੂੰਦ ਸਿਮਣ ਵਾਂਗ ਖਤਮ ਹੋ ਰਿਹਾ ਅਤੇ ਸਰੀਰ ਦਾ ਭਾਂਡਾ ਅਖੀਰ ਸਾਹਾਂ ਤੋਂ ਵਿਰਵਾ ਹੋ ਜਾਏਗਾ, ਖਾਲੀ ਹੋ ਜਾਏਗਾ। ਇਸ ਸਰੀਰ ਨੂੰ ਇੱਕ ਨਿੱਕੀ ਜਿਹੀ ਚੋਟ ਹੀ ਖਤਮ ਕਰਕੇ ਰੱਖ ਸਕਦੀ ਹੈ। ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਕ ਲੱਗ ਠਨਕਾ, ਥੋੜ੍ਹੀ ਜਿਹੀ ਠਨਕ, ਥੋੜ੍ਹੀ ਜਿਹੀ ਸੱਟ ਚੋਟ ਵੱਜੀ
ਤਾਂ ਇਹ ਸਰੀਰ ਦਾ ਭਾਂਡਾ ਜਿਹੜਾ ਟੁੱਟ ਜਾਏਗਾ, ਬਿਨਸ ਜਾਏਗਾ। ਭਾਵ ਇਹਦੇ ਲਈ ਕੋਈ ਬਹੁਤ ਵੱਡੇ ਕਾਰਨ ਦੀ ਲੋੜ ਨਹੀਂ, ਕੋਈ ਬਹੁਤ ਵੱਡੀ ਘਟਨਾ ਦੀ ਲੋੜ ਨਹੀਂ। ਸਧਾਰਨ ਜੀ ਖੇਡ ਹੈ ਸਰੀਰ ਦਾ ਬਿਨਸ ਜਾਣਾ। ਇਸ ਵਾਸਤੇ ਮਹਾਰਾਜ ਨੇ ਇਸ ਨੂੰ ਪੁਰੀਆ ਬਾਂਧੀ ਦੇਹ ਵੀ ਲਿਖਿਆ, ਕੰਧੀ ਉੱਤੇ ਰੁੱਖੜਾ ਵੀ ਬਾਣੀ ਵਿੱਚ ਲਿਖਿਆ। ਪਾਣੀ ਵਗਦਾ ਰੁੱਖ ਦੀਆਂ ਜੜ੍ਹਾਂ ਨਾਲੋਂ, ਮਿੱਟੀ ਖੋਰ ਖੋਰ ਕੇ ਲਈ ਜਾਂਦਾ, ਹਵਾ ਦਾ ਇੱਕ ਬੁੱਲਾ ਆਉਂਦਾ ਅਤੇ ਰੁੱਖ ਨੂੰ ਜ਼ਮੀਨ 'ਤੇ ਸੁੱਟ ਦਿੰਦਾ, ਕਿਉਂਕਿ ਜੜ੍ਹਾਂ ਨਾਲੋਂ ਮਿੱਟੀ ਖੁਰ ਗਈ, ਜੜ੍ਹਾਂ ਨੰਗੀਆਂ ਹੋ ਗਈਆਂ, ਆਧਾਰ ਖਤਮ ਹੋ ਗਿਆ। ਸਮਾਂ ਪਾਣੀ ਦਾ ਵਹਿਣ ਹੈ, ਸਮਾਂ ਗੁਜ਼ਰ ਰਿਹਾ ਅਤੇ ਸਮਝੋ ਵੀ ਇਹ ਸਰੀਰ ਦੇ ਰੁੱਖ ਦੀ ਮਿੱਟੀ ਨੂੰ ਖੋਰ ਖੋਰ ਕੇ ਲਈ ਜਾਂਦਾ ਹੈ। ਇੱਕ ਨਿੱਕਾ ਜਿਹਾ ਕਾਰਨ ਬਣੇਗਾ, ਸਾਰਾ ਜੀਵਨ ਦੀ ਲੀਲਾ ਖੇਡ ਸਮਾਪਤ ਹੋ ਜਾਏਗੀ। ਸਮਾਂ ਇਸ ਨੂੰ ਖੋਰਾ ਲਾ ਰਿਹਾ, ਸਮਾਂ ਇਸ ਨੂੰ ਕਮਜ਼ੋਰ ਕਰ ਰਿਹਾ, ਇਸ ਨੂੰ ਘਟਾ ਰਿਹਾ। ਤੁਗਰੀਬ ਨਵਾਜ ਮਹਾਰਾਜ ਨੇ ਅਜਿਹੇ ਪ੍ਰਮਾਣ ਪ੍ਰਤੀਕ ਬਾਣੀ ਦੇ ਵਿੱਚ ਵਰਤ ਕੇ ਮਨੁੱਖ ਨੂੰ ਅਹਿਸਾਸ ਕਰਵਾਇਆ ਕਿ ਸਰੀਰ ਸਦਾ ਰਹਿਣ ਵਾਲਾ ਨਹੀਂ, ਲੋੜ ਹੈ ਆਪਣੇ ਜੀਵਨ ਸਫ਼ਰ ਨੂੰ ਸਤਿਗੁਰੂ ਮਹਾਰਾਜ ਦੀ ਰਹਿਨੁਮਾਈ, ਗੁਰੂ ਦੀ ਅਗਵਾਈ ਦੇ ਵਿੱਚ ਸਤਿਗੁਰੂ ਉਪਦੇਸ਼ ਦੇ ਨਾਲ, ਗੁਰੂ ਦੀ ਮੱਤ ਦੀ ਕਮਾਈ ਕਰਦਿਆਂ ਹੋਇਆਂ ਸਫਲਾ ਬਣਾਉਣ ਦੀ, ਸੁਚੱਜਾ ਬਣਾਉਣ ਦੀ, ਸਚਿਆਰਾ ਬਣਾਉਣ ਦੀ। ਪਰ ਜਿਹੜੇ ਜੀਵ ਇਸ ਤਰ੍ਹਾਂ ਗੁਰੂ ਦੀ ਅਗਵਾਈ ਵਿੱਚ, ਗੁਰੂ ਦੇ ਹੁਕਮ ਵਿੱਚ, ਸਤਿਗੁਰੂ ਦੀ ਮੱਤ ਨੂੰ ਲੈ ਕੇ ਸਚਿਆਰੇਪਨ ਨਾਲ ਜੀਵਨ ਨਹੀਂ ਜਿਉਂਦੇ, ਉਹ ਜੀਵਨ ਦੇ ਪੈਂਡੇ ਵਿੱਚ ਹੀ ਲੁੱਟੇ ਜਾਂਦੇ ਨੇ। ਭਗਤ ਜੀ ਮਹਾਰਾਜ ਫੁਰਮਾ ਰਹੇ ਨੇ, ਕਬੀਰ ਗਾਗਰ ਜਲ ਭਰੀ, ਇਹ ਸਰੀਰ ਇਉਂ ਹੈ ਜਿਵੇਂ ਪਾਣੀ ਦੀ ਭਰੀ ਹੋਈ ਗਾਗਰ, ਆਜ ਕੱਲ੍ਹ ਜਾਏ ਫੁੱਟ, ਅੱਜ ਜਾਂ ਕੱਲ੍ਹ, ਜਾਨੀ ਕਿ ਥੋੜ੍ਹੇ ਜਿਹੇ ਵਕਤ ਵਿੱਚ ਹੀ ਇਹਨੇ ਫੁੱਟ ਜਾਣਾ, ਟੁੱਟ ਜਾਣਾ, ਸਭ ਖਲਾਰਾ ਪੈ ਜਾਣਾ, ਇਸ ਸਰੀਰ ਦਾ ਨਾਸ਼ਵੰਤ ਹੈ, ਨਾਸ਼ ਹੋ ਜਾਏਗਾ। ਗੁਰ ਜੋ ਨਾ ਚੇਤਾ ਹੈ ਆਪ ਨੂੰ, ਜਿਹੜੇ ਆਪਣੇ ਗੁਰੂ ਨੂੰ ਚੇਤੇ ਵਿੱਚ ਨਹੀਂ ਰੱਖਦੇ, ਸਤਿਗੁਰੂ ਦੀ ਮੱਤ ਮੁਤਾਬਕ ਨਹੀਂ ਚੱਲਦੇ, ਗੁਰੂ ਦੀ ਰਹਿਨੁਮਾਈ ਅਗਵਾਈ ਨਹੀਂ ਕਬੂਲਦੇ, ਸਚਿਆਰਾਪਨ ਜ਼ਿੰਦਗੀ ਵਿੱਚ ਨਹੀਂ ਲੈ ਕੇ ਆਉਂਦੇ ਗੁਰੂ ਦੇ ਕਹੇ ਮੁਤਾਬਕ, ਅੱਧ ਮਾਝ ਅੱਧ ਵਿਚਕਾਰੀ, ਲੀਜਾਂਗੇ ਲੂਟ, ਉਹ ਲੁੱਟੇ ਜਾਂਦੇ ਨੇ। ਜੀਵਨ ਤਾਂ ਹੈ ਹੀ ਨਾਸ਼ਵੰਤ, ਪਰ ਇਸ ਨਾਸ਼ਵੰਤ ਸਰੀਰ ਦੇ ਨਾਲ ਉਹ ਕੁਕਰਮ ਅਤੇ ਗੁਨਾਹ ਹੀ ਕਮਾਉਂਦੇ ਰਹਿੰਦੇ ਨੇ, ਗੁਰੂ ਦੀ ਮੱਤ ਨਹੀਂ ਕਮਾਉਂਦੇ। ਇਹ ਭੁੱਲ ਜਾਂਦੇ ਨੇ ਵੀ ਇਹ ਜੀਵਨ ਨਾਸ਼ਵੰਤ ਹੈ, ਅਖੀਰ ਇਸ ਨੇ ਮੁੱਕ ਜਾਣਾ, ਫਿਰ ਵੀ ਭੱਜ ਭੱਜ ਕੇ ਝੂਠੀਆਂ ਮੱਲਾਂ ਮਾਰਦੇ ਨੇ, ਸੰਤਾਪ ਭੋਗਦੇ ਨੇ, ਵਾਸ਼ਨਾਵਾਂ 'ਚ ਗ੍ਰਸਤ ਰਹਿੰਦੇ ਨੇ, ਵਿਕਾਰ ਭੋਗਦੇ ਨੇ, ਮੰਦੇ ਅਮਲ ਕਮਾਉਂਦੇ ਨੇ, ਇਹੋ ਜਿਹਾ ਵਿਹਾਰ ਕਰਦੇ ਨੇ ਵੀ ਜਿਵੇਂ ਸਦਾ ਹੀ ਧਰਤੀ 'ਤੇ ਬੈਠੇ ਰਹਿਣਾ ਹੋਵੇ। ਆਪਣੀ ਹੋਂਦ ਦਾ ਅੰਤ, ਸਰੀਰ ਦੀ ਹੋਂਦ ਦਾ ਅੰਤ ਭੁੱਲ ਕੇ, ਇਸ ਸੱਚਾਈ ਤੋਂ ਅਗਿਆਨ ਰੱਖ ਕੇ, ਇਸ ਸੱਚਾਈ ਤੋਂ ਅਣਜਾਣ ਰਹਿ ਕੇ ਉਹ ਬੰਦੇ ਕੁਰਾਏ ਪੈਂਦੇ ਨੇ। ਇਸ ਵਾਸਤੇ ਜਿਹੜੇ ਗੁਰੂ ਨੂੰ ਫਿਰ ਇਵੇਂ ਯਾਦ ਨਹੀਂ ਨਾ ਕਰਦੇ, ਅੱਧ ਮਾਝ ਜੀਵਨ ਦੇ ਪੈਂਡੇ ਵਿੱਚ ਹੀ ਲੁੱਟੇ ਜਾਂਦੇ ਨੇ, ਭਾਵ ਉਹਨਾਂ ਦੇ ਸ਼ੁਭ ਗੁਣ ਵਿਕਾਰਾਂ ਦੇ ਹੱਥੋਂ ਖਤਮ ਹੋ ਜਾਂਦੇ ਨੇ, ਖਾਲੀ ਭਾਂਡੇ ਉਹ ਖੜਕਦੇ ਰਹਿੰਦੇ ਨੇ। ਫਿਰ ਕੋਈ ਨੇਕ ਆਚਰਣ, ਨੇਕ ਕਮਾਈ, ਕੋਈ ਨੇਕ ਅਮਲ ਉਹਨਾਂ ਦੇ ਪੱਲੇ ਨਹੀਂ ਹੁੰਦਾ। ਆਪਣੇ ਸਵਾਸਾਂ ਦੀ ਪੂੰਜੀ ਲੁਟਾ ਕੇ ਅਤੇ ਉਹਦੇ ਇਵਜ਼ ਵਿੱਚ ਕੁਝ ਵੀ ਚੰਗਾ ਨਾ ਖੱਟ ਕੇ ਇਸ ਜਹਾਨ ਤੋਂ ਇਵੇਂ ਉਹ ਲੋਕ ਠੱਗੇ, ਲੁੱਟੇ ਅਤੇ ਬਰਬਾਦ ਹੋਏ ਤੁਰ ਜਾਂਦੇ।
ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆਂ ਕਹੋ ਨਾਨਕ ਸੌ ਨਾ, ਫਲੀਆਂ ਫੁਲੀਆਂ ਬਪੜੇ ਪੀਤਨ ਵਿੱਚ ਸੁਆ। ਹਜ਼ੂਰ ਅਗਲੇਰੇ ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ। ਕਬੀਰ ਜੀ ਕਹਿੰਦੇ ਮੈਂ ਇਸ ਗੱਲ ਨੂੰ ਸਮਝ ਲਿਆ ਵੀ ਸਰੀਰ ਨੇ ਸਦਾ ਕਾਇਮ ਨਹੀਂ ਰਹਿਣਾ, ਜੀਵਨ ਨੇ ਉੜਕ ਨੂੰ ਮੁੱਕ ਜਾਣਾ ਹੈ। ਗੁਰੂ ਨੂੰ ਭੁਲਾ ਕੇ ਆਪਣੇ ਸਵਾਸਾਂ ਨੂੰ ਅਜਾਈ ਗਵਾਉਣਾ ਵਿਸ਼ਿਆਂ ਵਿਕਾਰਾਂ ਵਿੱਚ, ਅਤੇ ਖੱਟਣਾ ਵੀ ਕੁਝ ਨਾ ਜੀਵਨ ਵਿੱਚ, ਮਨੁੱਖਾਂ ਵਾਲਾ ਕੋਈ ਕੰਮ ਨਾ ਕਰਨਾ, ਕੋਈ ਸੁਚਿਆਰਾ ਅਮਲ ਨਾ ਕਮਾਉਣਾ, ਇਹ ਤਾਂ ਮਾੜੀ ਗੱਲ ਹੈ। ਜਦੋਂ ਮੈਂ ਇਸ ਨੁਕਤੇ ਨੂੰ ਸਮਝ ਲਿਆ, ਮੈਂ ਉਸ ਮਾਲਕ ਦਾ ਇਵੇਂ ਵਫ਼ਾਦਾਰ ਹੋ ਗਿਆ ਜਿਵੇਂ ਕੁੱਤਾ ਆਪਣੇ ਮਾਲਕ ਦਾ ਵਫ਼ਾਦਾਰ ਹੁੰਦਾ। ਤੁਸੀਂ ਵੇਖਣਾ ਅਵਾਰਾ ਕੁੱਤੇ ਵੀ ਹੁੰਦੇ ਨੇ, ਤੁਰੇ ਫਿਰਦੇ ਨੇ, ਉਹਨਾਂ ਨੂੰ ਹਰ ਦਰਵਾਜ਼ੇ 'ਤੇ ਜਾ ਕੇ ਕਿਸੇ ਦੇ ਹੱਥ 'ਚ ਰੋਟੀ ਹੋਵੇ ਉਹ ਉਸੇ ਉਮੀਦ ਵਿੱਚ ਉੱਥੇ ਖਲੋ ਜਾਣਗੇ ਵੀ ਸ਼ਾਇਦ ਸਾਨੂੰ ਕੋਈ ਬੁਰਕੀ ਸੁੱਟੇ। ਦਰਵਾਜ਼ਿਆਂ 'ਤੇ ਭਟਕਣਗੇ, ਗੰਦਗੀ 'ਚ ਮੂੰਹ ਮਾਰਨਗੇ, ਉਹਨਾਂ ਦਾ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ, ਕੋਈ ਮਾਲਕ ਨਹੀਂ। ਮਾਲਕ ਤੋਂ ਵਿਰਵੇ ਉਹ ਕਿਵੇਂ ਥਾਂ ਥਾਂ ਭਟਕਦੇ ਨੇ। ਇੱਕ ਕੁੱਤਾ ਹੈ, ਉਹਨੂੰ ਮਾਲਕ ਨੇ ਪਾਲਿਆ, ਅਤੇ ਜਿਹਨੂੰ ਉਹਨੇ ਪਾਲਿਆ ਉਹਦੀ ਰੋਟੀ ਦਾ ਫਿਕਰ ਉਹ ਮਾਲਕ ਕਰਦਾ। ਉਹਨੇ ਕਿਤੇ ਜਾਣਾ ਹੋਵੇ ਤਾਂ ਕਿਸੇ ਨੂੰ ਘਰਦਿਆਂ ਨੂੰ ਕਹਿ ਕੇ ਜਾਏਗਾ ਵੀ ਇਹਨੂੰ ਰੋਟੀ ਪਾ ਦਿਓ, ਦੁੱਧ ਪਾ ਦਿਓ, ਜੋ ਵੀ ਉਸਦੀ ਖੁਰਾਕ ਹੈ। ਚਾਰ ਘੜੀਆਂ ਕੁੱਤਾ ਘਰ ਦੀਆਂ ਬਰੂਆਂ ਨਹੀਂ ਵੜਿਆ ਅਤੇ ਉਹਨੂੰ ਲੱਭਣ ਗਲੀ ਚਲਿਆ ਜਾਏਗਾ, ਫਿਰ ਉਹਨੂੰ ਪੜੋਸੇਗਾ। ਉਸ ਕੁੱਤੇ ਦਾ ਉਸਨੇ ਪਿਆਰ ਨਾਲ ਨਾਮ ਹੀ ਰੱਖਿਆ ਹੋਇਆ, ਜਿਵੇਂ ਕਿਸੇ ਨੇ ਪਿਆਰ ਨਾਲ ਮੋਤੀ ਨਾਂ ਰੱਖਿਆ ਹੋਵੇ ਕੁੱਤੇ ਦਾ। ਹੁਣ ਇਹ ਹੈ ਵੀ ਉਹਦਾ ਮਾਲਕ ਹੈ ਅਤੇ ਉਹਨੇ ਉਹਦਾ ਨਾਮਕਰਨ ਵੀ ਕੀਤਾ ਹੋਇਆ, ਉਹਨੂੰ ਰਹਿਣ ਲਈ ਥਾਂ ਵੀ ਦਿੱਤੀ ਹੋਈ ਹੈ, ਉਹਦੀ ਰੋਟੀ ਦਾ ਵੀ ਖਿਆਲ ਰੱਖ ਰਿਹਾ, ਉਹਦੀ ਖੁਰਾਕ ਦਾ ਵੀ ਖਿਆਲ ਰੱਖ ਰਿਹਾ। ਬੇਗਾਨਾ ਕੋਈ ਆ ਕੇ ਉਸ ਕੁੱਤੇ ਨੂੰ ਮਾਰੇ ਤਾਂ ਉਹ ਗੁੱਸਾ ਕਰਦਾ ਹੈ ਮਾਲਕ, ਤੂੰ ਕੌਣ ਹੁੰਦਾ ਇਹਨੂੰ ਕੁਝ ਕਹਿਣ ਵਾਲਾ, ਵੀ ਮੇਰਾ ਪਾਲਤੂ ਕੁੱਤਾ ਹੈ। ਤੀਵਸ ਵਿੱਚ ਉਹ ਕੁੱਤਾ ਕੀ ਕਰਦਾ ਹੈ? ਵਫ਼ਾਦਾਰੀ। ਦਿਨ ਦੇ ਚਾਨਣ ਵਿੱਚ ਵੀ ਕੋਈ ਗੈਰ ਆਦਮੀ ਘਰ ਨੂੰ ਆ ਰਿਹਾ ਹੋਵੇ ਤਾਂ ਉਹ ਭੌਂਕ ਕੇ ਆਪਣੇ ਮਾਲਕ ਨੂੰ ਸੁਚੇਤ ਕਰਦਾ ਵੀ ਕੋਈ ਗੈਰ ਆਦਮੀ ਘਰ ਨੂੰ ਆ ਰਿਹਾ। ਰਾਤ ਦੇ ਸਮੇਂ ਉਹ ਰਾਖੀ ਕਰਦਾ, ਵਫ਼ਾਦਾਰੀ ਕਰਦਾ ਆਪਣੇ ਮਾਲਕ ਨੂੰ। ਕਬੀਰ ਜੀ ਦਾ ਇਹ ਕਥਨ ਕਹਿਣ ਦੇ ਪਿੱਛੇ ਇੱਕ ਭਾਵ ਹੈ ਵੀ ਮੈਂ ਉਸ ਮਾਲਕ ਦਾ ਵਫ਼ਾਦਾਰ ਹਾਂ। ਮੈਂ ਇਸ ਵਿਚਾਰ ਕੇ ਨਾ ਉਤਲਾ ਜਿਹੜਾ ਬਚਨ ਆਪਾਂ ਪਹਿਲੋਂ ਵਿਚਾਰਿਆ, ਕਹਿੰਦੇ ਇਹ ਧਿਆਨ 'ਚ ਰੱਖ ਕੇ ਮੈਂ ਆਪਣੇ ਮਾਲਕ ਦੀ ਵਫ਼ਾਦਾਰੀ ਕਰਨ ਲੱਗਿਆ, ਵਿਕਾਰਾਂ ਦੀ ਵਫ਼ਾਦਾਰੀ ਛੱਡ ਕੇ ਮੈਂ ਇੱਕ ਮਾਲਕ ਦਾ, ਅਵਾਰਾ ਹੋਣ ਦੀ ਬਜਾਏ ਮੈਂ ਮਾਲਕ ਦਾ ਵਫ਼ਾਦਾਰ ਹੋ ਗਿਆ। ਹੁਣ ਮੇਰੇ ਕਰਮ ਦਾ, ਮੇਰੇ ਧਰਮ ਦਾ, ਮੇਰੇ ਜੀਵਨ ਦਾ ਮਾਲਕ ਉਹ ਪਰਮੇਸ਼ਰ ਵਾਹਿਗੁਰੂ ਆਪ ਹੈ। ਮੈਨੂੰ ਉਹਦਾ ਖਵਾਉਣ ਵਿੱਚ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ। ਜਿਵੇਂ ਮਾਲਕ ਨੇ ਆਪਣੇ ਕੁੱਤੇ ਦਾ ਨਾਮਕਰਨ ਕੀਤਾ ਹੈ, ਵਾਹਿਗੁਰੂ ਨੇ ਮੇਰਾ ਨਾਮਕਰਨ ਕੀਤਾ, ਮੈਂ ਉਹਦਾ ਭਗਤ, ਉਹਦਾ ਸੇਵਕ ਹਾਂ, ਉਹਦਾ ਗੁਲਾਮ। ਗਲੇ ਹਮਾਰੇ ਜੇਵਰੀ ਜਾਂ ਖਿੰਚੈ ਤੈਂ ਜਾਓ, ਮੇਰੇ ਗਲ ਵਿੱਚ ਵੀ ਉਹਦੇ ਨਾਂ ਦੀ ਜੰਜੀਰ ਹੈ ਕਿ ਹੁਕਮ ਦੀ, ਮੈਂ ਉਹਦੇ ਹੁਕਮ ਦਾ ਤਾਬਿਆਦਾਰ ਹਾਂ, ਉਹਦੀ ਵਡਿਆਈ ਦਾ ਮੁਤਾਸਰ ਹਾਂ, ਉਹਦੀ ਵਡਿਆਈ ਦੀ ਭੁੱਖ ਰੱਖਣ ਵਾਲਾ,
ਉਹਦੀ ਸਿਫਤ ਸਲਾਹ ਦਾ ਟੁੱਕੜ ਖਾਣਾ, ਉਹਦੀ ਵਫਾਦਾਰੀ ਕਰਦਾ ਅਤੇ ਉਹਦੇ ਹੁਕਮ 'ਚ ਜੀਣਾ, ਦੁੱਖ ਹੋਵੇ ਸੁੱਖ ਹੋਵੇ ਉਹਦੀ ਰਜ਼ਾ 'ਚ ਖੁਸ਼ ਹਾਂ। ਜਿੱਥੇ ਨੂੰ ਉਹ ਲੈ ਜਾਏ, ਜਿੱਧਰ ਨੂੰ ਲੈ ਜਾਏ, ਮੈਂ ਕੋਈ ਉਜਰ ਨਹੀਂ ਕਰਦਾ। ਮੇਰਾ ਫਰਜ਼ ਹੈ ਆਪਣੇ ਮਾਲਕ ਦੀ ਵਫਾਦਾਰੀ ਕਰਨਾ ਅਤੇ ਉਹਦੀ ਸੇਵਾ 'ਚ ਹਾਜ਼ਰ ਰਹਿਣਾ। ਬਦਲੇ ਵਿੱਚ ਆਤਮਕ ਸੁਰੱਖਿਆ ਦਿੰਦਾ ਮੇਰਾ ਪਰਮੇਸ਼ੁਰ ਮੈਨੂੰ, ਰੂਹ ਦੀ ਖੁਰਾਕ ਆਪਣੇ ਗੁਣਾਂ ਨਾਲ ਦਿੰਦਾ, ਅੰਦਰ ਦਾ ਖੇੜਾ ਪ੍ਰਦਾਨ ਕਰਦਾ ਅਤੇ ਮੇਰੀ ਮਾਲਕੀ ਕਰਦਾ। ਮੈਨੂੰ ਥਾਂ ਥਾਂ 'ਤੇ ਭਟਕਣਾ ਨਹੀਂ ਪੈਂਦਾ, ਵਿਸ਼ੇ ਵਿਕਾਰਾਂ ਦਾ ਪਾਣੀ ਨਹੀਂ ਭਰਨਾ ਪੈਂਦਾ, ਬਦੀਆਂ 'ਚ ਰੋਲਣਾ ਨਹੀਂ ਪੈਂਦਾ, ਗੁਨਾਹਾਂ 'ਚ ਗਰਕਣਾ ਨਹੀਂ ਪੈਂਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਾਨੂੰ ਪ੍ਰੇਰਣਾ ਕੀਤੀ ਹੈ, ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇਵੇਂ ਉਸਨੂੰ ਭਜੋ, ਇਵੇਂ ਉਸਨੂੰ ਯਾਦ ਕਰੋ, ਇਵੇਂ ਉਸਨੂੰ ਚੇਤੇ ਕਰੋ, ਇੰਨੀ ਵਫਾਦਾਰੀ ਆਪਣੇ ਅੰਦਰ ਰੱਖੋ। ਹਜ਼ੂਰ ਅਗਲੇਰੇ ਸਲੋਕ ਵਿੱਚ ਫਰਮਾਉਂਦੇ ਨੇ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ, ਹਿਰਦੈ ਰਾਮ ਨਾ ਚੇਤਹੀ ਇਹ ਜਪਨੀ ਕਿਆ ਹੋਏ। ਜਪਨੀ ਦਾ ਅਰਥ ਹੈ ਮਾਲਾ, ਰੁਦਰਾਖ, ਤੁਲਸੀ ਆਦਿਕ ਦੀ ਮਾਲਾ ਜਿਹੜੀ ਹੈ ਉਹ ਹੱਥ ਵਿੱਚ ਰੱਖਦੇ ਹਨ ਕੁਝ ਧਰਮ ਕਰਮ ਕਰਨ ਵਾਲੇ ਲੋਕ। ਕਬੀਰ ਜੀ ਮਹਾਰਾਜ ਉਹਨਾਂ ਨੂੰ ਪੁੱਛਦੇ ਹਨ ਇਹਦੇ ਨਾਲ ਤੁਸੀਂ ਕੀ ਕਰਦੇ ਹੋ, ਕਹਿੰਦੇ ਅਸੀਂ ਰੱਬ ਨੂੰ ਯਾਦ ਕਰਦੇ ਹਾਂ, ਰੱਬ ਦਾ ਨਾਂ ਲੈਂਦੇ ਹਾਂ, ਭਗਤੀ ਕਰਦੇ ਹਾਂ, ਬੰਦਗੀ ਕਰਦੇ ਹਾਂ। ਕਬੀਰ ਜੀ ਮਹਾਰਾਜ ਦਾ ਇਸ਼ਾਰਾ ਉਹਨਾਂ ਦੇ ਹਿਰਦੇ ਹਿਰਦੇ ਵੱਲ ਹੈ, ਪਰਮੇਸ਼ਰ ਦਾ ਸੰਬੰਧ ਤੁਹਾਡੇ ਹੱਥਾਂ ਨਾਲ ਨਹੀਂ, ਤੁਹਾਡੇ ਹਿਰਦੇ ਨਾਲ, ਤੁਹਾਡੀ ਸੁਰਤ ਨਾਲ ਹੈ। ਜੇ ਉਹਦੇ ਹੋਣ ਦਾ ਅਹਿਸਾਸ ਤੁਹਾਡੇ ਹਿਰਦੇ ਵਿੱਚ ਨਹੀਂ ਹੈ, ਉਹਦੀ ਹੋਂਦ ਉੱਤੇ ਅਕੱਟ ਯਕੀਨ ਨਹੀਂ ਹੈ, ਉਹਨੂੰ ਹਾਜ਼ਰ ਨਾਜ਼ਰ ਕਰਕੇ ਨਹੀਂ ਜਾਣਿਆ, ਉਹਨੂੰ ਆਪਣੇ ਅੰਦਰੋਂ ਮਹਿਸੂਸ ਨਹੀਂ ਕੀਤਾ, ਮਾਲਾ ਫੇਰਨ ਦਾ ਲਾਭ ਕੋਈ ਨਹੀਂ। ਇਹ ਤਾਂ ਲੋਕ ਵਿਖਾਵਾ, ਦੁਨੀਆ ਵੇਖੇਗੀ ਇਹਦੇ ਹੱਥ ਵਿੱਚ ਰੁਦਰਾਖ ਦੀ ਮਾਲਾ ਹੈ, ਤੁਲਸੀ ਦੀ ਮਾਲਾ ਹੈ, ਫਲਾਂ ਕਿਸਮ ਦੀ ਮਾਲਾ ਹੈ, ਟਮਕਾਂ ਕਿਸਮ ਦੀ ਮਾਲਾ ਹੈ, ਇਹ ਤਾਂ ਕੇਵਲ ਲੋਕ ਵਿਖਾਵਾ ਹੋ ਗਿਆ। ਫਿਰ ਜਿੰਨਾ ਤੂੰ ਉਹ ਧਰਮ ਕਰਮ ਕਰੇਗਾ, ਮਾਲਾ ਆਦਿਕ ਦਾ ਕਰਮ ਅਭਿਆਸ ਕਰੇਗਾ, ਉਨਾ ਹੀ ਤੇਰੇ ਅੰਦਰ ਇੱਕ ਗੰਢ ਬਾਈ ਦੀ ਜਾਣੀ, ਮੈਂ ਤਾਂ ਬਹੁਤ ਕਰਦਾ। ਜਿਵੇਂ ਅਕਸਰ ਸਾਨੂੰ ਹੁੰਦਾ, ਮੈਂ ਤਾਂ ਇੰਨਾ ਪਾਠ ਕਰਦਾ, ਇੰਨੀ ਪੂਜਾ ਕਰਦਾ, ਇੰਨੀ ਯਾਤਰਾ ਕਰਦਾ, ਇੰਨਾ ਨਾਮ ਜਪਦਾ, ਉਹ ਸਾਰੀਆਂ ਚੀਜ਼ਾਂ ਕਾਊਂਟੇਬਲ ਹੁੰਦੀਆਂ ਜਾਂਦੀਆਂ, ਜਮ੍ਹਾਂ ਹੋ ਗਈਆਂ, ਇੰਨਾ ਕੰਮ ਕਰ ਲਿਆ, ਇੰਨਾ ਕਰ ਲਿਆ, ਇੰਨਾ ਕਰ ਲਿਆ, ਇੰਨਾ ਕਰ ਲਿਆ। ਫਿਰ ਉਹ ਜਿੰਨਾ ਸਾਡੇ ਅੰਦਰ ਇਹ ਖਿਆਲ ਆਉਂਦਾ ਜਾਂਦਾ, ਮੈਂ ਇੰਨਾ ਕੀਤਾ, ਮੈਂ ਇੰਨਾ ਕੀਤਾ, ਮੈਂ ਇੰਨਾ ਕੀਤਾ, ਉਹ ਜਿੰਨੀ ਜਮ੍ਹਾਂਖੋਰੀ ਹੈ ਨਾ, ਗਿਣਤੀ ਹੈ, ਉਸ ਗਿਣਤੀ ਨੇ ਸਾਡੇ ਅੰਦਰ ਇੱਕ ਰਿਐਕਟ ਕਰਨਾ ਹੈ, ਪ੍ਰਭਾਵ ਪਾਉਣਾ ਸਾਡੇ ਅੰਦਰ। ਉਹ ਕੀ? ਮੈਂ ਤਾਂ ਇੰਨਾ ਕੁਝ ਕਰਨ ਵਾਲਾ ਹਾਂ। ਉਹਦੇ ਵਿੱਚੋਂ ਹੀ ਹਉਮੈ ਨੇ ਇੱਕ ਨਵਾਂ ਰੂਪ ਧਾਰਨ ਕਰ ਲੈਣਾ, ਉਹਦੇ ਵਿੱਚੋਂ ਹੀ, ਮੈਂ ਕੀਤਾ, ਮੈਂ ਇੰਨਾ ਕੀਤਾ, ਮੈਂ ਆਹ ਕੀਤਾ, ਮੈਂ ਉਹ ਕੀਤਾ। ਫਿਰ ਦੂਜਾ ਵੀ ਤੁਹਾਨੂੰ ਹੌਲੀ ਹੌਲੀ, ਤੁਸੀਂ ਤਾਂ ਜੀ ਬੜੀ ਵੱਡੀ ਗੱਲ ਹੈ, ਤੁਸੀਂ ਆਹ ਕੀਤਾ, ਇੰਨੇ ਕੰਮ ਕੀਤੇ, ਇੰਨੀ ਗਿਣਤੀ ਕੀਤੀ,
ਉਹ ਫਿਰ ਉਹ ਜਿਹੜੀ ਚੀਜ਼ ਹੈ ਉਹ ਤੁਹਾਡੇ ਅੰਦਰ, ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ ਹੁੰਦਾ, ਪਰ ਸਾਡੀ ਸੂਖਮ ਹੋਂ ਬਲਵਾਨ ਹੋਈ ਜਾਂਦੀ ਹੈ, ਤਾਕਤ ਫੜਦੀ ਜਾਂਦੀ ਹੈ। ਸਾਡੇ ਅੰਦਰ ਇੱਕ ਭਰਮ, ਇੱਕ ਦਾਅਵਾ ਪੈਦਾ ਕਰ ਦਿੰਦੀ, ਮੈਂ ਇੰਨਾ ਕੀਤਾ ਹੈ, ਮੈਂ ਇੰਨਾ ਕਰ ਸਕਦਾ ਸਾਂ। ਪਰ ਇੱਥੇ ਤਾਂ ਨਿਮਾਣੇ ਹੋਣ ਦੀ ਖੇਡ ਹੈ। ਮਨ ਤੂੰ ਮਤ ਮਾਣ ਕਰੇ ਜੇ ਹੋਂ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। ਇੱਥੇ ਨਾ ਦੁਨੀਆ ਨੂੰ ਵਿਖਾਉਣ ਦੀ ਖੇਡ ਹੈ, ਨਾ ਕੋਈ ਗਿਣਤੀ ਕਰਨ ਦੀ ਖੇਡ ਹੈ, ਨਾ ਕੋਈ ਬਾਹਰ ਦੇ ਕਰਮ ਕਾਂਡ ਦਾ ਅਭਿਆਸ ਹੈ। ਇੱਥੇ ਤਾਂ ਵੀ ਤੇਰੇ ਹਿਰਦੇ ਵਿੱਚ ਤੂੰ ਕਿੰਨਾ ਮਹਿਸੂਸ ਕੀਤਾ ਹੈ, ਅੰਤਰ ਆਤਮਾ ਕਰਕੇ ਤੇਰੀ ਨੇੜਤਾ ਉਹਦੇ ਨਾਲ ਕਿੰਨੀ ਹੋਈ, ਤੂੰ ਨਿੱਜ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਨੂੰ ਕਿੰਨਾ ਕੁ ਉਹਦਾ ਅਹਿਸਾਸ ਕੀਤਾ, ਅਤੇ ਤੇਰੇ ਅੰਦਰ ਦੇ ਵਜੂਦ ਨੂੰ ਕਿੰਨਾ ਕੁ ਫਰਕ ਪਿਆ ਇਸ ਚੀਜ਼ ਨਾਲ, ਕੀ ਤਬਦੀਲੀ, ਕੀ ਪਰਿਵਰਤਨ ਵਾਪਰਿਆ। ਕਬੀਰ ਜੀ ਇਸ਼ਾਰਾ ਉਸ ਅਸਲ ਨੁਕਤੇ ਵਾਲੇ ਪਾਸੇ ਕਰ ਰਹੇ, ਅਸਲ ਨੁਕਤੇ। ਕਿਸੇ ਦੀ ਤੁਲਸੀ ਦੀ ਮਾਲਾ ਹੈ, ਕਿਸੇ ਦੀ ਰੁਦਰਾਖ ਦੀ ਹੈ, ਹਰ ਵੱਖਰੇ ਵੱਖਰੇ ਰਾਹਾਂ 'ਤੇ ਚੱਲਣ ਵਾਲਿਆਂ ਨੇ ਆਪਣੀ ਆਪਣੀ ਕਿਸਮ ਦੀ ਮਾਲਾ ਨੂੰ ਵੀ ਸਲਾਇਆ, ਉਹਦੇ ਮਣਕਿਆਂ ਤੱਕ ਦੀ ਗਿਣਤੀ ਵੱਖਰੀ ਵੱਖਰੀ ਦਿੱਤੀ ਹੈ। ਕੋਈ ਤਸਵੀ ਫੇਰਨ ਲੱਗਿਆ ਕਹਿੰਦਾ ਆਹ ਜਪੋ, ਅਤੇ ਦੂਜਾ ਕਹਿੰਦਾ ਨਹੀਂ ਮਾਲਾ ਫੇਰ ਦਿਓ ਅਤੇ ਆਹ ਜਪੋ। ਐਸੇ ਵੀ ਦੁਨੀਆ 'ਚ ਚੱਲਣ ਨੇ, ਬੜੇ ਵੱਖਰੇਵੇਂ ਨੇ। ਇਕੱਲੀ ਇੱਥੇ ਹੀ ਥੋੜ੍ਹਾ ਜਾਨ ਛੁੱਟ ਜਾਂਦੀ ਵੀ ਤੁਸੀਂ ਮਾਲਾ ਫੇਰ ਲਈ। ਮਾਲਾ ਕਾਹਦੀ ਹੋਵੇ, ਮਾਲਾ ਫੇਰਨੀ ਕਦੋਂ ਹੈ, ਕਿਵੇਂ ਹੈ, ਕਿੰਨੇ ਮਣਕਿਆਂ ਦੀ ਹੋਵੇ, ਫਿਰ ਜਪਣਾ ਕੀ ਹੈ, ਬਹੁਤ ਕੁਝ ਹੈ। ਇਹਦੇ ਵਿੱਚੋਂ ਹੀ ਕਈ ਰਾਹ ਖੁੱਲ੍ਹ ਗਏ, ਵੱਖਰੇਵੇਂ ਪੈਦਾ ਹੋ ਗਏ, ਬਹੁਤੇ ਤਾਂ ਇਹਨਾਂ ਚੀਜ਼ਾਂ 'ਤੇ ਉਲਝੀ ਜਾਂਦੇ ਨੇ। ਤੂੰ ਆਹ ਜਪਦਾ, ਮੈਂ ਆਹ ਜਪਦਾ, ਤੂੰ ਇਵੇਂ ਨਾ ਮਾਲਾ ਫੇਰਿਆ ਕਰ, ਇਵੇਂ ਫੇਰਿਆ ਕਰ, ਉਹ ਇਵੇਂ ਕਿਵੇਂ ਦੇ ਚੱਕਰ 'ਚ ਹੀ ਰਹੇ ਨੇ, ਅੱਗੇ ਨਹੀਂ ਤੁਰ ਸਕੇ, ਜਾਂ ਇਉਂ ਕਹਿ ਲਓ ਵੀ ਅਹਿਸਾਸ ਨਹੀਂ ਕਰ ਸਕੇ। ਹੁਣ ਉਹਨਾਂ ਨੇ ਕਿੱਥੇ ਪਹੁੰਚਣਾ? ਇੱਥੇ ਕਬੀਰ ਜੀ ਬਾਤ ਹੀ ਹਿਰਦੇ ਦੀ ਪਾ ਰਹੇ, ਹਿਰਦੈ ਰਾਮ ਨਾ ਚੇਤ ਹੀ, ਇਹ ਜਪਨੀ ਕਿਆ ਹੋਏ। ਤੇਰੇ ਹੱਥ ਵਿੱਚ ਰੁਦਰਾਖ ਦੀ, ਤੁਲਸੀ ਦੀ, ਹੋਰ ਕਈ ਕਿਸਮ ਦੀ ਮਾਲਾ ਹੋਏਗੀ, ਹੇ ਮਨੁੱਖ ਕਿਆ ਦਿਖਲਾ ਮੈਂ, ਕੀ ਦੁਨੀਆਂ ਨੂੰ ਵਿਖਾਉਂਦਾ ਫਿਰਦਾ, ਕੀ ਸੰਸਾਰ ਨੂੰ ਦੱਸਦਾ ਫਿਰਦਾ। ਹਿਰਦੈ ਰਾਮ ਨਾ ਚੇਤੀ, ਜੇ ਤੂੰ ਰਿਦਾ ਕਰਕੇ ਉਹਨੂੰ ਯਾਦ ਨਹੀਂ, ਤੇਰੇ ਅੰਦਰੋਂ ਹੂਕ ਨਹੀਂ ਨਾ ਉੱਠਦੀ ਉਹਦੇ ਪ੍ਰਤੀ, ਤੇਰੇ ਅੰਦਰ ਪ੍ਰੇਮ ਨਹੀਂ ਉਸ ਵਾਹਿਗੁਰੂ ਦੇ ਪ੍ਰਤੀ, ਤੇਰੇ ਅੰਦਰ ਸਮਰਪਣ ਭਾਵ ਨਹੀਂ, ਤੂੰ ਹਉਮੈ ਦੇ ਇਸ ਪਸ਼ੂ ਨੂੰ ਕਾਬੂ ਨਹੀਂ ਕੀਤਾ, ਨੱਥ ਨਹੀਂ ਪਾਈ, ਤੂੰ ਜੀਵਨ ਸਮਾਪਤ ਹੋ ਜਾਣਾ ਇਹ ਸੱਚਾਈ ਦਾ ਅਹਿਸਾਸ ਨਹੀਂ ਕੀਤਾ, ਜੇ ਤੂੰ ਵਾਹਿਗੁਰੂ ਨਾਲ ਵਫਾਦਾਰੀ ਨਹੀਂ ਪਾਲੀ, ਉਹਦੇ ਹੁਕਮ ਵਿੱਚ ਰਾਜ਼ੀ ਨਹੀਂ ਹੋ ਰਿਹਾ ਤੇਰਾ ਮਨ, ਇਹ ਜਪਨੀ ਕਿਆ ਹੋਏ, ਕੀ ਹੋਏਗਾ ਇਹ ਬਾਹਰ ਦਾ ਮਾਲਾ ਘੁਮਾਉਣ, ਕੀ ਹੋ ਜਾਏਗਾ, ਕੀ ਫਰਕ ਪਏਗਾ। ਇਸ ਲਈ ਆਰੰਭ ਵਿੱਚ ਹੀ ਕਬੀਰ ਜੀ ਮਹਾਰਾਜ ਨੇ ਸਲੋਕ 'ਚ ਕਿਹਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਯੁਗਾਦੀ ਸਗਲ ਭਗਤ ਤਾਂ ਕੋ ਸੁੱਖ ਬਿਸਰਾਮ। ਅਗਲੇਰੇ ਬਚਨ ਵਿੱਚ ਹਜ਼ੂਰ ਨੇ ਬਾਣੀ 'ਚ ਲਿਖਿਆ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪਏ ਦੀਨ ਦਿਆਲ। ਫਿਰ ਅੱਗੇ ਫਰਮਾਉਂਦੇ ਨੇ, ਕਬੀਰ ਬਿਰਹੋਂ ਪੁਯੰਗਮ ਮਨ ਬਸੈ, ਮੰਤ ਨ ਮਾਨੈ ਕੋਏ, ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬਉਰਾ ਹੋਏ।
ਬਿਰਹ, ਜਿਹਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਬਿਰਹਾ, ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ, ਬਿਰਹਾ ਦਾ ਅਰਥ ਹੈ ਵਿਛੋੜਾ। ਮੈਂ ਉਸ ਪਰਮੇਸ਼ਰ ਨਾਲੋਂ ਵਿਛੜ ਗਿਆ ਹਾਂ, ਇਸ ਗੱਲ ਦਾ ਅਹਿਸਾਸ ਹੋ ਜਾਣਾ, ਇਸ ਗੱਲ ਨੂੰ ਫੀਲ ਕਰਨਾ, ਇਸ ਗੱਲ ਦੀ ਸੋਝੀ ਹੋ ਜਾਣੀ ਵੀ ਮੈਂ ਉਹਦੇ ਨਾਲੋਂ ਵਿਛੜਿਆ ਹੋਇਆ। ਜਿਸ ਦਿਨ ਇਸ ਗੱਲ ਦੀ ਸੋਝੀ ਬੰਦੇ ਨੂੰ ਹੋ ਜਾਏ ਵੀ ਮੈਂ ਵਿਛੜਿਆ, ਅਹਿਸਾਸ ਹੋ ਜਾਏ, ਇਸ ਗੱਲ ਨੂੰ ਫੀਲ ਕਰ ਲੈ, ਮਹਿਸੂਸ ਕਰ ਲੈ ਮਨੁੱਖ, ਉਹਦੇ ਅੰਦਰ ਬੇਚੈਨੀ ਉਪਜਦੀ ਹੈ। ਉਸ ਦਿਨ ਉਹਨੂੰ ਲੱਗਦਾ ਵੀ ਉਹਦੇ ਨਾਲੋਂ ਵਿਛੜ ਕੇ ਹੀ ਇੰਨੀਆਂ ਤਕਲੀਫਾਂ ਮੇਰੇ ਪੱਲੇ ਪਈਆਂ ਨੇ। ਸਲੋਕ ਆਏਗਾ ਅੱਗੇ ਕਬੀਰ ਜੀ ਮਹਾਰਾਜ ਦਾ, ਕਹਿੰਦੇ ਨੇ ਕਬੀਰ ਰਹਿ ਨਾਇਰ ਬਿਛੋਰਿਆ, ਰਹੁ ਰੇ ਸੰਖ ਮਜੂਰ, ਦੇਵਲ ਦੇਵਲ ਧਾਹੜੀ ਦਿਸੈਂ ਉਗਵਤ ਸੂਰ। ਸੰਖ ਜਿਹੜਾ ਪਾਣੀ 'ਚੋਂ ਨਿਕਲਦਾ, ਰਹਿ ਨਾਇਰ ਬਿਛੋਰਿਆ, ਸਮੁੰਦਰ ਨਾਲੋਂ ਵਿਛੜ ਕੇ ਕੰਢੇ 'ਤੇ ਆ ਡਿੱਗਾ, ਉਹਨੂੰ ਪੰਡਿਤ ਚੁੱਕ ਲਿਆ, ਜਿਉਂ ਹੀ ਸੂਰਜ ਚੜ੍ਹਦਾ ਸੰਧਿਆ ਹੁੰਦੀ ਹੈ ਅਤੇ ਉਹਨੂੰ ਪੰਡਿਤ ਵਜਾਉਂਦਾ। ਬਾਬਾ ਸ਼ੇਖ ਫਰੀਦ ਸਾਹਿਬ ਇਹਨੂੰ ਇਹ ਕਹਿੰਦੇ ਨੇ, ਫਰੀਦਾ ਦਰ ਦਰਵਾਜ਼ਾ ਜਾਇਕ ਹੈ, ਕਿਉਂ ਡਿੱਠੋ ਘੜੀਆਲੇ ਨਿਰਦੋਸ਼ਾ ਮਾਰੀਆ, ਹਮ ਦੋਸ਼ਾਂ ਦਾ ਕਿਆ ਹੈ, ਘੜੀਆ ਘੜੀਆ ਮਾਰੀਆ ਪਹਿਰੀ ਲੈ ਸਜਾਏ। ਸੋ ਹੀੜਾ ਘੜੀਆਲ ਜਿਉਂ ਦੁਖੀ ਰਹਿਣ ਵਿਹਾਏ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਫ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਕਿਹੋ ਜਿਹਾ ਅਮੋਲਕ ਬਚਨ ਨੇ, ਬਿਰਹੋ ਨੂੰ, ਬਿਰਹੇ ਨੂੰ ਸੁਲਤਾਨ ਕਿਹਾ ਬਾਬਾ ਸ਼ੇਖ ਫਰੀਦ ਸਾਹਿਬ ਨੇ। ਸੁਲਤਾਨ ਤੇਰਾ ਬੜਾ ਉੱਚਾ ਰੁਤਬਾ, ਤੂੰ ਨਾ ਪੈਦਾ ਹੋਵੇਂ ਅੰਦਰ ਅਤੇ ਰੱਬ ਵਾਲੇ ਪਾਸੇ ਇੱਕ ਪੈਰ ਨਹੀਂ ਪੁੱਟਿਆ ਜਾ ਸਕਦਾ, ਵਿਛੋੜਾ ਮਹਿਸੂਸ ਨਾ ਹੋਵੇ ਅਤੇ ਮਿਲਾਪ ਲਈ ਯਤਨ ਹੀ ਨਹੀਂ ਹੁੰਦਾ, ਉਹਦੀ ਯਾਦ 'ਚ ਜੁੜਨ ਨੂੰ ਜੀ ਨਹੀਂ ਕਰਦਾ ਜਿੰਨਾ ਚਿਰ ਵਿਛੋੜੇ ਦਾ ਸੱਲ ਨਾ ਅੰਦਰ ਉੱਠੇ, ਪੀੜ ਨਾ ਅੰਦਰ ਉੱਠੇ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਵੈਸਾਖ ਧੀਰਨ ਕਿਉਂ ਵਾਂਢੀਆਂ ਜਿਨ੍ਹਾਂ ਪ੍ਰੇਮ ਵਿਛੋ, ਉਹਨਾਂ ਨੂੰ ਧੀਰਜ ਕਿਵੇਂ ਆਵੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲੋਂ ਪਏ ਹੋਏ ਵਿਛੋੜੇ ਦਾ ਅਹਿਸਾਸ ਹੋ ਗਿਆ ਹੈ ਅਤੇ ਅੰਦਰ ਜਿਨ੍ਹਾਂ ਦੇ ਪ੍ਰੇਮ ਦੀ ਚੋਭ ਲੱਗ ਰਹੀ ਹੈ, ਉਹਨਾਂ ਨੂੰ ਧੀਰਜ ਨਹੀਂ ਆਉਂਦਾ ਜਿੰਨਾ ਚਿਰ ਉਹ ਆਪਣੇ ਮਾਲਕ ਵਾਹਿਗੁਰੂ ਨਾਲ ਇੱਕ ਸੁਰ ਨਾ ਹੋ ਜਾਣ। ਭਗਤ ਕਬੀਰ ਜੀ ਮਹਾਰਾਜ ਨੇ ਵਿਛੋੜੇ ਨੂੰ ਸੱਪ ਕਿਹਾ, ਜਿਵੇਂ ਸੱਪ ਡੰਗ ਜਾਏ ਅਤੇ ਜ਼ਹਿਰ ਚੜ੍ਹਦਾ ਹੈ। ਅਤੇ ਭਾਰਤ ਵਿੱਚ ਜੋਗੀ ਇੱਕ ਦਾਅਵਾ ਕਰਦੇ ਨੇ ਵੀ ਸਾਡੇ ਕੋਲ ਇੱਕ ਮੰਤਰ ਹੈ, ਉਹ ਮੰਤਰ ਪੜ੍ਹੀਏ ਅਤੇ ਸੱਪ ਨੂੰ, ਜ਼ਹਿਰ ਨੂੰ ਅਸੀਂ ਕਾਬੂ ਕਰ ਲੈਂਦੇ ਹਾਂ ਅਤੇ ਸੱਪ ਨੂੰ ਕੀਲ ਲੈਂਦੇ। ਉਦਾਹਰਣ ਦਿੱਤੀ ਹੈ ਕਬੀਰ ਜੀ ਮਹਾਰਾਜ, ਗਾਰੂੜੀ ਮੰਤਰ ਉਹਨੂੰ ਕਹਿੰਦੇ ਨੇ। ਕਬੀਰ ਬਿਰਹੋਂ ਪੋਯੰਗਮ, ਹੇ ਕਬੀਰ ਵਿਛੋੜਾ ਸੱਪ ਹੈ, ਜ਼ਹਿਰੀਲਾ ਨਾਗ ਜਿਹੜਾ ਅੰਦਰ ਨੂੰ ਡੱਸਦਾ, ਇਹਦਾ ਡੰਗ ਵੱਜ ਜਾਏ, ਮਨ ਵਸੈ, ਬਿਰਹਾ ਮਨ 'ਚ ਵੱਸ ਜਾਏ ਅਤੇ ਸਮਝੋ ਜਿਵੇਂ ਜ਼ਹਿਰੀਲੇ ਨਾਗ ਨੇ ਡੱਸ ਲਿਆ। ਮੰਤ ਨਾ ਮੰਨੇ ਕੋਈ, ਕੋਈ ਝਾੜ ਫੂਕ, ਕੋਈ ਮੰਤਰ ਫਿਰ ਇਹਦੇ ਉੱਤੇ ਕੰਮ ਨਹੀਂ ਕਰਦਾ, ਯਾਨੀ ਕਿ ਕੋਈ ਫੋਕੇ ਆਹਰ ਫਿਰ ਅੰਦਰ ਨੂੰ ਸਕੂਨ ਨਹੀਂ ਦਿੰਦੇ, ਕੋਈ ਮਾਇਆ 'ਚ ਮਨ ਨਹੀਂ ਪਰਚਦਾ, ਦੁਨੀਆ ਦੇ ਪਦਾਰਥ ਚੰਗੇ ਨਹੀਂ ਲੱਗਦੇ,
ਦੁਨੀਆ ਦੇ ਝੂਠ ਤੋਂ ਮਨ ਉਕਤਾ ਜਾਂਦਾ ਹੈ, ਸੰਸਾਰ ਦੇ ਵਿਖਾਵਿਆਂ ਤੋਂ ਉਹ ਬੰਦਾ ਉੱਪਰ ਉੱਠ ਜਾਂਦਾ ਹੈ, ਇਹ ਸਭ ਝੰਝਟਾਂ ਤੋਂ ਫਿਰ ਇਹ ਸਾਰੇ ਝੰਝਟ ਮਨ ਨੂੰ ਰਿਝਾ ਨਹੀਂ ਸਕਦੇ, ਇਹ ਸਾਰੇ ਝਾੜ ਫੂਕ ਦੇ ਕੰਮ ਨੇ, ਇਹ ਸਾਰੇ ਹੋਛੇ ਯਤਨ ਨੇ, ਕੋਈ ਇਹਨਾਂ 'ਚੋਂ ਕੰਮ ਨਹੀਂ ਆਉਂਦਾ। ਫਿਰ ਨਾ ਮੋਹ ਚੰਗਾ ਲੱਗਦਾ, ਨਾ ਤ੍ਰਿਸ਼ਨਾ, ਨਾ ਵਾਸ਼ਨਾ, ਨਾ ਝੂਠ, ਨਾ ਫਰੇਬ, ਨਾ ਵਿਖਾਵਾ, ਨਾ ਧੋਖਾ, ਕੁਝ ਨਹੀਂ ਚੰਗਾ ਲੱਗਦਾ। ਫਿਰ ਜੇ ਵਿਛੋੜੇ ਦਾ ਸੱਪ ਮਨ ਨੂੰ ਡੱਸ ਜਾਏ, ਰਾਮ ਵਿਯੋਗੀ ਨਾ ਜੀ ਹੈ ਜਿਹੜਾ ਰੱਬ ਤੋਂ ਵਿਛੜਿਆ ਹੋਇਆ ਅਤੇ ਜਿਹਨੂੰ ਇਹ ਵਿਯੋਗੀ ਨੂੰ ਇਹ ਸਮਝ ਪੈ ਗਈ ਵੀ ਮੈਂ ਪਰਮੇਸ਼ਰ ਤੋਂ ਵਿਛੜਿਆ, ਉਹ ਫਿਰ ਵਾਹਿਗੁਰੂ ਤੋਂ ਬਿਨਾਂ ਜੀ ਨਹੀਂ ਸਕਦਾ, ਉਹਦੇ ਨੇੜੇ ਹੋਣਾ ਚਾਹੁੰਦਾ, ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਚਾਹੁੰਦਾ, ਉਹਦੇ ਤੋਂ ਵਿਛੜ ਕੇ ਜੀ ਨਹੀਂ ਸਕਦਾ, ਉਹਦੇ ਅੰਦਰ ਬੇਚੈਨੀ ਰਹਿੰਦੀ ਹੈ, ਉਹਨੂੰ ਅੰਦਰ ਠੰਡ ਨਹੀਂ ਪੈਂਦੀ, ਉਹਦਾ ਰਿਦਾ ਸਦਾ ਹੀ ਤਾਂਕਦਾ ਰਹਿੰਦਾ ਪਪੀਏ ਵਾਂਗ, ਉਹਦੇ ਅੰਦਰ ਇੱਕ ਉਤੇਜਨਾ ਰਹਿੰਦੀ ਹੈ ਵੀ ਉਸ ਪਰਮੇਸ਼ਰ ਵਾਹਿਗੁਰੂ ਦੀ ਯਾਦ ਵਿੱਚ ਜੁੜਾਂ ਅਤੇ ਕਿਸੇ ਤਰ੍ਹਾਂ ਉਹਨੂੰ ਵਸਲ ਹਾਸਲ ਕਰਾਂ, ਆਪਣੇ ਅੰਦਰੋਂ ਉਸ ਨੂੰ ਖੋਜਾਂ, ਉਸ ਨੂੰ ਪਾਵਾਂ। ਰਾਮ ਵਿਯੋਗੀ ਨਾ ਜੀਏ, ਉਹ ਉਹਦੇ ਤੋਂ ਵਿਛੜ ਕੇ ਜੀ ਨਹੀਂ ਸਕਦਾ, ਉਹ ਜੀਵਨ ਨਹੀਂ ਮਾਣ ਸਕਦਾ, ਜੀਵਨ ਮੌਲਦਾ ਨਹੀਂ ਉਹਦਾ, ਜੀਏ ਤਾਂ ਬੌਰਾ ਹੋਏ, ਤਾਂ ਬੌਰਿਆਂ ਵਾਂਗ ਜੀਂਦਾ। ਦੁਨੀਆ ਤਾਂ ਹੀ ਉਹਨੂੰ ਝੱਲਾ ਕਹਿੰਦੀ, ਕਬੀਰ ਜੀ ਮਹਾਰਾਜ ਕਹਿੰਦੇ ਲੋਕ ਕਹਿੰ ਕਬੀਰ ਬੌਰਾਨ, ਕਬੀਰ ਕਾ ਮਰਮ ਰਾਮ ਪਹਿਚਾਨਾ। ਦੁਨੀਆ ਨੇ ਆਖਿਆ ਕਬੀਰ ਤੂੰ ਝੱਲਾ, ਕਬੀਰ ਜੀ ਕਹਿੰਦੇ ਤੁਸੀਂ ਨਹੀਂ ਮੇਰਾ ਭੇਤ ਸਮਝੋਗੇ, ਉਹੀ ਜਾਣਦਾ, ਨਾ ਮੈਂ ਤੁਹਾਨੂੰ ਸਮਝਾ ਸਕਦਾ। ਸਮੱਸਿਆ ਇਹ ਹੈ ਜਿਹੜੇ ਬੌਰਾ ਕਹਿਣ ਵਾਲੇ ਉਹਨਾਂ ਨੂੰ ਸਮਝਾਇਆ ਵੀ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਨੂੰ ਸਮਝ ਹੁੰਦੀ ਤਾਂ ਇੱਦਾਂ ਆਉਂਦੇ ਹੀ ਕਿਉਂ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਹੋ ਹਰ ਬਿਨ ਅਵਰ ਨਾ ਜਾਣਾ। ਉਹਨਾਂ ਦੀ ਦਸ਼ਾ ਨੂੰ ਅਸੀਂ ਆਪਣੇ ਹੋਛੇਪਨ ਨਾਲ ਮਾਪ ਹੀ ਨਹੀਂ ਸਕਦੇ, ਇਸ ਕਰਕੇ ਸਾਡੇ ਸ਼ਬਦ ਸਾਡੇ ਹੋਛੇਪਨ 'ਚੋਂ ਨਿਕਲਦੇ ਨੇ, ਥੋੜ੍ਹੀ ਅਕਲ 'ਚੋਂ ਨਿਕਲਦੇ ਨੇ, ਸਾਡੇ ਅਗਿਆਨ 'ਚੋਂ ਨਿਕਲਦੇ ਨੇ। ਅਸੀਂ ਜੋ ਕੱਥਦੇ ਹਾਂ ਉਹ ਐਵੇਂ ਉਰੇ ਦੀਆਂ ਖੇਡਾਂ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਸਮਝ ਨਹੀਂ ਪਾ ਰਹੇ ਅਤੇ ਨਾ ਹੀ ਸਮਝ ਪਾ ਸਕਾਂਗੇ ਕਿ ਉਹ ਇਸ ਤਰ੍ਹਾਂ ਦੇ ਕਿਉਂ ਨੇ। ਕਬੀਰ ਜੀ ਕਹਿੰਦੇ ਨੇ ਉਹ ਤਾਂ ਬੌਰਿਆਂ ਵਰਗੇ ਨੇ, ਦੁਨੀਆਂ ਦੀ ਦ੍ਰਿਸ਼ਟੀ 'ਚੋਂ ਦੁਨੀਆਂ ਦੇ ਲੋਕ ਆਖਣਗੇ ਵੇਖੋ ਚੰਗਾ ਖਾਣਾ ਚਾਹੀਦਾ, ਭਾਵੇਂ ਚੋਰੀ ਕਰਕੇ ਖਾਓ, ਲੁੱਟ ਮਾਰ ਕਰਕੇ ਪਹਿਨੋ, ਵਧੀਆ ਜ਼ਿੰਦਗੀ ਉਡਾਓ, ਖਾਓ ਪੀਓ ਐਸ਼ ਕਰੋ, ਭਾਵੇਂ ਪਾਪ ਕਮਾਓ, ਵਿਕਾਰ ਭੋਗੋ, ਜੋ ਮਰਜ਼ੀ, ਇਹ ਖੌਰੇ ਇਹਨਾਂ ਨੇ ਕੀ ਪਾਉਣਾ ਰੱਬ ਦੇ ਰਾਹ 'ਤੇ, ਖੌਰੇ ਕਿਹੜੇ ਅਸੂਲਾਂ ਦੀਆਂ ਗੱਲਾਂ ਨੇ, ਕਿਹੜਾ ਸਦਾਚਾਰ, ਕਿਹੜੀ ਨੈਤਿਕਤਾ, ਕਿਹੜਾ ਧਰਮ। ਦੁਨੀਆ ਨੂੰ ਲੱਗਦਾ ਇਹ ਗੱਲਾਂ ਕਰਨ ਵਾਲੇ, ਇਹ ਇਹਨਾਂ ਚੀਜ਼ਾਂ ਨੂੰ ਜੀਣ ਵਾਲੇ ਲੋਕ ਜਿਹੜੇ ਨੇ ਉਹ ਤਾਂ ਐਵੇਂ ਹੀ ਨੇ, ਇਹਨਾਂ ਨੂੰ ਦੁਨੀਆਦਾਰੀ ਦੀ ਸਮਝ ਨਹੀਂ, ਉਹਨੂੰ ਇੱਕ ਤਰ੍ਹਾਂ ਨਾਲ ਮਨੋ ਇਹੀ ਸਮਝਦੇ ਨੇ ਸਿੱਧੜੇ ਲੋਕ ਨੇ, ਪਰ ਉਹਨਾਂ ਨੇ ਜੀਵਨ ਦੀ ਗਹਿਰਾਈ ਸਮਝ ਲਈ ਹੁੰਦੀ। ਉਹ ਸਾਨੂੰ ਕਹਿੰਦੇ ਨੇ ਸੰਸਾਰ ਝੱਲਾ, ਬਿਨ ਸ਼ਬਦ ਹੈ ਸਭ ਜਗ ਬੌਰਾਨਾ ਬਿਰਥਾ ਜਨ। ਉਹ ਜਦੋਂ ਜੀਵਨ ਦੀ ਗਹਿਰਾਈ ਸਮਝ ਲੈਂਦੇ ਉਹ ਸਾਡੇ ਵੱਲ ਵੇਖ ਕੇ ਮੁਸਕਰਾਉਂਦਿਆਂ ਕਹਿੰਦੇ ਨੇ ਅਸਲ 'ਚ ਸਾਨੂੰ ਨਾ ਝੱਲਿਆ, ਕੋਈ ਝੱਲੇ ਤਾਂ ਤੁਸੀਂ ਹੋ, ਜਿਹੜੀ ਜ਼ਿੰਦਗੀ ਜੀ ਰਹੇ ਹੋ ਤੁਹਾਨੂੰ ਜ਼ਿੰਦਗੀ ਦੀ ਖਬਰ ਕੋਈ ਨਹੀਂ। ਪਸ਼ੂਆਂ ਵਾਂਗ ਜਿੱਥੇ ਹਰਾ ਚਾਰਾ ਵੇਖੇ ਉਸੇ ਖੇਤ 'ਚ ਜਾ ਵੜੇ, ਵਾਸ਼ਨਾ ਭੋਗਣੀ, ਵਿਕਾਰ ਭੋਗਣੇ, ਬੁਰੇ ਕੁਕਰਮ, ਇਹ ਸਾਰਾ ਇਹ ਸਾਡੇ ਜੀਵਨ ਦਾ ਪਾਰਟ ਹੈ, ਹਿੱਸਾ ਹੈ। ਉਹ ਤਾਂ ਵਾਹਿਗੁਰੂ ਦੇ ਵਿਛੋੜੇ ਨੂੰ ਮਹਿਸੂਸ ਕਰਕੇ ਤਾਂਘਦੇ ਨੇ ਵੀ ਉਸ ਪਰਮੇਸ਼ਰ ਨਾਲ ਮਿਲਾਪ ਹੋਵੇ।
ਖੈਰ ਅਗਲੇਰੇ ਸਲੋਕ ਅਗਲੇ ਦੀਵਾਨਾਂ ਵਿੱਚ ਵਿਚਾਰਾਂਗੇ। ਆਪ ਸਾਰੀ ਸੰਗਤ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ, ਗੁਰੂ ਫਤਿਹ ਨਾਲ ਸਾਂਝ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।